CAE is top in charge and focus in the ਬੀਐਸਈ ਸਾਹਿਬ ਦੀ ਮਦਦ ਨਾਲ ਇਹਨਾਂ ਨੇ ਸਾਰੇ ਇਸ ਸਟਾਫ ਦੀ ਮਦਦ ਨਾਲ ਇੱਕ ਗਰੋਹ ਫੜਿਆ ਪੰਜ ਕੁ ਮੈਂਬਰਾਂ ਦਾ ਜਿਹਨਾਂ ਤੋਂ ਕਰੀਬ 25 ਮੋਟਰਸਾਈਕਲ ਰਿਕਵਰ ਹੋ ਚੁੱਕੇ ਨੇ ਕੋਈ ਹੋਰ ਵੀ ਹੋਣ ਦੀ ਸੰਭਾਵਨਾ ਹੈ ਟਰਾਈ ਕਰ ਰਹੇ ਹਾਂ ਨਵੀਂ ਇਹਨਾਂ ਦਾ ਮਾਸਟਰ ਮਾਈਂਡ ਹੈ ਪਰਮਜੀਤ ਪੰਮਾ ਉਹ ਜੋ ਪੁਲਿਸ ਦੀ ਗ੍ਰਿਪ ਤੋਂ ਬਾਹਰ ਹੈ ਅਤੇ ਹੋਰ ਬੰਦੇ ਕੁਛ ਫੜੇ ਗਏ ਨੇ ਅਤੇ ਇਹ ਲੋਕ ਮੋਟਰਸਾਈਕਲ ਚੋਰੀ ਕਰਦੇ ਸੀ ਵੱਡੇ ਸ਼ਹਿਰਾਂ ਚੋਂ ਜਾਂ ਡਿਸਟ੍ਰਿਕਟ ਹੈੱਡਕੁਆਰਟਰ ਤੋਂ ਜਿੱਥੋਂ ਵੀ ਕਿਤੇ ਇਹਨਾਂ ਨੂੰ ਮੌਕਾ ਲੱਗਦਾ ਸੀ ਬਠਿੰਡੇ ਤੋਂ ਫਿਰੋਜ਼ਪੁਰ ਤੋਂ ਜਾਂ ਮੁਕਤਸਰ ਮਲੋਟ ਵਗੈਰਾ ਤੋਂ ਉੱਥੋਂ ਚੋਰੀ ਕਰਕੇ ਲਿਆ ਕੇ ਇਹਨਾਂ ਨੇ ਕੁਛ ਬੰਦੇ ਰੱਖੇ ਹੋਏ ਨੇ ਅੱਗੇ ਵਿੱਚ ਉਹਨਾਂ ਦੇ ਹੈਂਡਓਵਰ ਕਰ ਦਿੰਦੇ ਸੀ ਉਹ ਪਿੰਡਾਂ ਦੇ ਔਲੇ ਪਾਲੇ ਲੋਕਾਂ ਨੂੰ ਇਹ ਮੋਟਰਸਾਈਕਲ ਕੋਈ 5,000-10,000 ਰੁਪਏ 'ਚ ਉਹਨਾਂ ਨੂੰ ਦੇ ਦਿੰਦੇ ਸੀ ਕਿ ਆ ਅਸੀਂ ਤੁਹਾਨੂੰ ਬਾਅਦ 'ਚ ਦਿਆਂਗੇ ਇੱਦਾਂ ਕਰਕੇ ਜੋ ਉਹਨਾਂ ਨੂੰ ਪੈਸੇ ਇਕੱਠੇ ਹੁੰਦੇ ਸੀ ਉਹਦੇ ਨਾਲ ਇਹ ਆਪਣੇ ਨਸ਼ੇ ਪੱਤੇ ਦਾ ਕੰਮ ਜਾਂ ਹੋਰ ਕੰਮ ਚਲਾਉਂਦੇ ਸੀਗੇ ਇਹ ਪ੍ਰੋਫੈਸ਼ਨਲ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਪਰਮਜੀਤ ਪੰਮਾ ਇਸ 'ਤੇ ਕਾਫੀ ਸਾਰੇ ਹੋਰ ਵੀ ਜ਼ਿਲ੍ਹਿਆਂ 'ਚ ਮੁਕੱਦਮੇ ਦਰਜ ਨੇ ਇਹ ਬੰਦੇ ਤਾਂ ਕਾਫੀ ਹੈ ਬਟ 5 ਕੁ ਬੰਦੇ ਅਸੀਂ ਰਾਊਂਡ ਕੀਤੇ ਨੇ ਇਹਨਾਂ 'ਚੋਂ ਉਹਦੇ ਤੋਂ ਹੋਰ ਵੀ ਮੈਂਬਰ ਇਹਦੇ ਕਾਫੀ ਨੇ ਹੁਣ ਜਿਹੜੇ ਅੱਗੇ ਫਰਦਰ ਇਨਵੈਸਟੀਗੇਟ ਕਰਦੇ ਹਨ ਜੋ ਅੱਗੇ ਆਊ ਮੇਨ ਮੈਂਬਰ ਨਹੀਂ ਹੈ ਆਜੂਗਾ ਉਹ ਵੀ ਕੋਈ ਗੱਲ ਨਹੀਂ ਭੱਜੂਗਾ ਕਿਤੇ ਅਲਟੀਮੇਟਲੀ 3 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ 2 ਜੇ ਭੱਜੇ ਹੋਏ ਨੇ ਇਹਨਾਂ 'ਚੋਂ ਆ ਜਾਣਗੇ ਇਹ ਵੀ ਕਾਬੂ ਕੋਈ ਗੱਲ ਨਹੀਂ ਇਹ ਹੁਣ ਤੱਕ ਜੇ ਅੰਡਰ ਇਨਵੈਸਟੀਗੇਸ਼ਨ ਹੈ ਮੈਟਰ ਸਾਡੇ ਕੋਲ ਰਿਕਵਰੀ ਇੰਨੇ ਐਕ ਦੀ ਹੋ ਚੁੱਕੀ ਹੈ ਫਰਦਰ ਕਿੰਨੇ ਕੁ ਵੇਚ ਚੁੱਕੇ ਨੇ ਹੁਣ ਉਹ ਦੇਖਦੇ ਹਾਂ ਇਨਵੈਸਟੀਗੇਸ਼ਨ ਸਰ ਉਹਨੂੰ ਅਸੀਂ ਦੇਖਾਂਗੇ ਬੁਲਾ ਕੇ ਵੈਰੀਫਾਈ ਕਰਾਂਗੇ ਜੇ ਉਹ ਬੰਦੇ ਦੀ ਉਹਨਾਂ ਦੀ ਵੀ ਕਿਸੇ ਨੀਅਤ ਦੇ ਵਿੱਚ ਖੋਟ ਹੋਏਗੀ ਅਤੇ ਉਹਨਾਂ ਦੀ ਬਦਿਆਤੀ ਹੋਏਗੀ ਤਾਂ ਜ਼ਰੂਰ ਦੇ ਵਹੀਕਲ ਹੀ ਮਿਲੇ ਨੇ ਇਹਨਾਂ ਨੂੰ ਫਰਦਰ ਇਨਵੈਸਟੀਗੇਸ਼ਨ 'ਚ ਦੇਖਦੇ ਹਾਂ ਕੀ ਆਉਂਦਾ 25 ਕੁ ਵਹੀਕਲ ਅਸੀਂ ਰਿਕਵਰ ਕਰ ਚੁੱਕੇ ਹਾਂ ਹੁਣ ਤੱਕ ਹਾਂਜੀ ਹਾਂ ਬਕਾਇਦਾ ਲਿਸਟ ਸਾਡੇ ਕੋਲ ਹੈਗੀ ਹੈ ਜੀ ਬਟ ਇਹ ਲੋਕੀ ਨੰਬਰ ਪਲੇਟ ਚੇਂਜ ਕਰ ਦਿੰਦੇ ਸੀ ਹੁਣ ਤਾਂ ਉਹਦੀ ਚੇਂਜ ਨੰਬਰ 84 ਨੰਬਰ ਤੋਂ ਹੀ ਲੋਕੇਟ ਹੋਏਗਾ ਜਾਂ ਪਤਾ ਲੱਗੇ ਕਿੱਥੋਂ ਚੋਰੀ ਹੋਇਆ ਮੈਂ ਫਰਦਰ ਉਹਦੇ ਨਾਲ ਲਿੰਕ ਕਰਾਂਗੇ ਇਹ ਆਪਾਂ ਹੌਲੀ ਹੌਲੀ ਪੁੱਛਦੇ ਹਾਂ ਨਾ ਤੁਸੀਂ ਕੀ ਕਰਦੇ ਨੇ ਨਸ਼ਾ ਕਰਦੇ ਨੇ ਜਾਂ ਕੀ ਕਰਦੇ ਨੇ ਕਈ ਵਾਰੀ ਕੋਈ ਨੀਤੀ ਹੁੰਦਾ ਇਸ ਚੀਜ਼ ਦੇ ਹਿਸਾਬ ਨਾਲ ਹੁੰਦਾ ਹੈਗਾ ਕਈ ਵਾਰੀ ਕੋਈ ਪਤਾ ਨਹੀਂ ਹੁੰਦਾ ਤਾਂ ਦੇਖਦੇ ਹਾਂ ਵੀ ਉਹਦੀ ਕੀ ਸੋਚ ਹੈਗੀ ਆ ਪਰ ਰਸਤਾ ਉਹਨਾਂ ਦਾ ਗਲਤ ਹੈ ਇਹਨਾਂ ਨੇ ਨਾ ਹੁਣ ਇਹ ਅਗਲੇ ਨੇ ਤਾਂ ਸ਼ੋਅ ਹੀ ਕਰਦੇ ਸੀ ਨਾ ਜਿਹਨੂੰ ਦਿੰਦੇ ਸੀ ਵੀ ਬਿਲਕੁਲ ਓਰੀਜਨਲ ਸਹੀ ਹੈ ਇਸ ਤੋਂ ਆਰਸੀ ਦੇ ਆਂਗੇ ਉਹਦਾ ਰੇਟ ਵਿੱਚ ਕਰਦੇ ਸੀ ਮੋਟਰਸਾਈਕਲ ਦਾ ਨੰਬਰ ਚੇਂਜ ਕਰ ਦਿੰਦੇ ਸੀ ਆਰਸੀ ਤਾਂ ਦਿੰਦੇ ਹੀ ਨਹੀਂ ਸੀ ਆਰਸੀ ਦੇ ਕਿਸੇ ਦਿੰਦੇ ਹੀ ਨਹੀਂ ਨਾ ਉਹਦੇ ਤੇ ਬਹੁਤ ਪਰਚੇ ਨੇ ਮੈਂ ਤਾਂ ਮੈਂ ਅੰਦਾਜ਼ਾ ਦੱਸਿਆ ਵੀ ਕੀ 100 ਤਾਂ ਮਿਨੀਮਮ ਹੋ ਹੀ ਸਕਦੇ ਨੇ ਉਹਦੇ ਤੇ ਕਿਉਂਕਿ ਵੱਖਰੇ ਵੱਖਰੇ ਜ਼ਿਲ੍ਹਿਆਂ 'ਚ ਮੁਕੱਦਮੇ ਲੱਗ ਜਾਂਦੇ ਉਹਨਾਂ ਤੇ ਸਾਡੇ ਇੰਸਪੈਕਟਰ CIA ਰਹੇ ਨੇ ਕਿਤੇ ਪਹਿਲਾਂ ਇਹਨਾਂ ਨੇ ਉਦੋਂ ਵੀ ਇਹਨੂੰ ਰਾਊਂਡ ਅਪ ਕੀਤਾ ਸੀ ਉਦੋਂ ਵੀ ਫੜਿਆ ਸੀ ਉਦੋਂ ਵੀ ਇਹਦੇ ਤੇ ਕਾਫੀ ਪਰਚੇ ਸੀ ਮਤਲਬ ਹੁਣ ਤੱਕ ਕਾਫੀ ਪਰਚੇ ਨੇ ਇਹਨਾਂ ਦੇ ਇਸ ਬੰਦੇ ਦੇ ਹੋ ਸਕਦਾ ਹੈ ਕਿਉਂਕਿ ਇਹ ਤਾਂ ਅਜੇ ਤੱਕ ਸਾਡੇ ਕੋਲ ਇੰਨੀ ਗੱਲ ਆਈ ਹੈ ਜੋ ਹੋ ਸਕਦਾ ਹੈ ਕਿ ਉਹ ਰਾਜਸਥਾਨ 'ਚੋਂ ਹਰਿਆਣੇ 'ਚੋਂ ਉਦੋਂ ਵੀ ਚੋਰੀ ਕਰਦੇ ਹੋ ਸਕਦੇ ਨੇ